ਹਾਂਜੀ ਦੋਸਤੋ ਕੀ ਹਾਲ ਨੇ ਸਾਰਿਆਂ ਦੇ ਆਈ ਹੋਪ ਸਾਰੇ ਠੀਕ ਹੋਵੋਗੇ ਦੋਸਤੋ ਅੱਜ ਮੈਂ ਸੈਕੰਡ ਪਾਰਟ ਲੈ ਕੇ ਆਇਆ ਆਪਣੇ ਜਿਹੜੇ ਫੋਕ ਡਾਂਸ ਨੇ ਦੋਸਤੋ ਫਰਸਟ ਪਾਰਟ ਆਪਾਂ ਨੇ ਅਪਲੋਡ ਕਰਤਾ ਸੀ ਤੁਹਾਨੂੰ ਤੇ ਸੈਕੰਡ ਪਾਰਟ ਆਪਾਂ ਲੈ ਕੇ ਆਏ ਆ ਤੇ ਸਾਰਾ ਆਪਾਂ ਜਿੰਨੇ ਵੀ ਹੈਗੇ ਨੇ ਇੰਪੋਰਟੈਂਟ ਇੰਪੋਰਟੈਂਟ ਸਾਰੇ ਆਪਾਂ ਟ੍ਰਿਕ ਨਾਲ ਯਾਦ ਕਰਾਂਗੇ ਦੋਸਤੋ ਮੈਂ ਸਾਰੇ ਜਿੰਨੇ ਵੀ ਹੁੰਦੇ ਨੇ ਨਾ ਘਟੂ ਘਟ ਮਤ ਹਰੇਕ ਤੇ ਮੈਂ ਨਹੀਂ ਹੈਗਾ ਕਿ ਹਾਂ 1 1 2 ਲੈ ਕੇ ਆਉਣਾ ਦੋਸਤੋ 1 1 2 ਕਰਕੇ ਭਾਜ ਜਾਗੇ ਆਪਣੇ ਪੇਪਰਾਂ 'ਚ ਪੱਕਾ ਉਹਨਾਂ 'ਚ ਕੋਈ ਆਉਣਾ ਹੀ ਨਹੀਂ ਹੈਗਾ ਆਪਾਂ ਹਰੇਕ ਹਰੇਕ ਜਿੰਨੀ ਅੰਤ ਤੱਕ ਤੁਹਾਨੂੰ ਜਿੰਨੇ ਵੀ ਸਟੇਟਾਂ ਦੇ ਅੱਜ ਕਰਾਉਂਗਾ ਤੁਹਾਨੂੰ ਯਾਦ ਕਰਵਾ ਕੇ ਦੋੜੂੰਗਾ ਠੀਕ ਆ ਦੋਸਤੋ ਹੋਰ ਸਾਰੇ ਠੀਕ ਨੇ ਦੋਸਤੋ ਤੇ ਉਹਨਾਂ ਦਾ ਸਵਾਗਤ ਹੈ ਜੀ ਜਿਹੜੇ ਆਪਣੇ ਨਾਲ ਨਵੇਂ ਜੁੜੇ ਨੇਗੇ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਦੋਸਤੋ ਤੇ ਚਲੋ ਆਪਾਂ ਅੱਜ ਸਟਾਰਟ ਕਰੀਏ ਫਿਰ ਪਹਿਲਾ ਆਪਾਂ ਅਸਾਮ ਦੇ ਕਰ ਲਿਆ ਦੋਸਤੋ ਅਸਾਮ ਦੇ ਕਿੰਨੇ ਨੇ ਆਪਾਂ ਨੇ 11 ਲੈਨੇ ਠੀਕ ਆ 11 ਫੌਕ ਡਾਂਸ ਨੇ ਠੀਕ ਆ ਦੋਸਤੋ ਹੁਣ ਕਰੀਏ ਫਿਰ ਇਹਨਾਂ ਨੂੰ ਸ਼ੁਰੂ ਚਲੋ ਫਿਰ ਦੇਖੋ ਕੀ ਕਹਿੰਦੇ ਨੇ ਦੇਖੋ ਦੋਸਤੋ ਪਹਿਲਾ ਅਸਾਮ ਦਾ ਹੈਗਾ ਕਾਲੀ ਕੋਪਾਲ ਦੂਜਾ ਹੈਗਾ ਖੇਲ ਕੋਪਾਲ ਤੀਜ ਤੇ ਅਗਲਾ ਹੈਗਾ ਸਤਰੀਆ ਇੱਕ ਹੈਗਾ ਮਹਾਰਸ ਇੱਕ ਨਟਪੂਜਾ ਇੱਕ ਨਾਗਾ ਡਾਂਸ ਇੱਕ ਬਿਛੂਆ ਹੋ ਗਿਆ ਇੱਕ ਓਜਾ ਪੱਲੀ ਤੇ ਇੱਕ ਹੈਗਾ ਬੋਰਤਾਲ ਇੱਕ ਟਬਲ ਤੇ ਕਹੇ ਕਾਨੂੰ ਹੈ ਕਾਨੂੰ ਠੀਕ ਆ ਦੋਸਤੋ ਹੁਣ ਆਪਣਾ ਕੰਮ ਕੀ ਆ ਟ੍ਰਿਕਾਂ ਨਾਲ ਯਾਦ ਕਰਨਾ ਠੀਕ ਆ ਦੋਸਤੋ ਹੁਣ ਦੇਖੋ ਤੁਸੀਂ ਮੈਂ ਕੀ ਕਹੂੰਗਾ ਉਹ ਵਸ ਇੱਕ ਵਾਰੀ ਨੋਟ ਕਰ ਲਿਓ ਟ੍ਰਿਕ ਕਹਿੰਦਾ ਦੇਖੋ ਆਸਾਮ ਸ਼ਾਮ ਸ਼ਾਮ ਤੋਂ ਕੀ ਕੱਢ ਲਾਂਗੇ ਆਪਾਂ ਸ਼ਾਮ ਮਤਲਬ ਸ਼ਾਮ ਦਾ ਵੇਲਾ ਸ਼ਾਮ ਦਾ ਸ਼ਾਮ ਨੂੰ ਕੀ ਕਰਦੇ ਸੀ ਗੋਪਾਲ ਗੋਪਾਲ ਮਤਲਬ ਕਾਲੀ ਗੋਪਾਲ ਆਪਣੇ ਗੋਪਾਲ ਜਾਂਦਾ ਨਾ ਗੋਪਾਲ ਤੇ ਬੀਹੂ ਸਾਥ ਵਿੱਚ ਮਿਲ ਕੇ ਗੋਪਾਲ ਤੇ ਗੋਪਾਲ ਦੇ ਘਰ ਵਾਲੀ ਮਤਲ ਜਿਹਨੂੰ ਆਪਾਂ ਬਹੂ ਕਹਿੰਦੇ ਨੇ ਗੋਪਾਲ ਤੇ ਗੋਪਾਲ ਦੀ ਬੀਹੂ ਬਹੂ ਸਾਥ ਸਤਰੀਆਂ ਤੇ ਸਾਥ ਕੀ ਸਾਥ ਬੈਠ ਕੇ ਕੀ ਕਰ ਰਹੀ ਤੀਏ ਮਹਾਰਾਜ ਦੀ ਨੱਠ ਪੂਜਾ ਕਰ ਰਹੀ ਤੀ ਮਹਾਰਾਜ ਦੀ ਨੱਠ ਪੂਜਾ ਕਰ ਰਹੀ ਤੀ ਠੀਕ ਆ ਉਧਰੋਂ ਕੀ ਆ ਗਿਆ ਨਾਗ ਉਧਰੋਂ ਆ ਗਿਆ ਨਾਗ ਤੇ ਉਹਦੀ ਬਹੂ ਕੀ ਕਹਿੰਦੀ ਬਚਾਓ 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 ਵਿਚੂਆਂ ਨੂੰ ਆਪਾਂ ਉਹਦੇ ਨਾਲ ਬਚਾਓ 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 ਪਰ ਉਹ ਬਚਾਉ ਕਾਦੇ ਨਾਲ ਉਹ ਕੋਈ ਕਹੀ ਜਾਂਦੀ ਉਹ ਜਾ ਉਹ ਜਾ ਉਹ ਜਾ ਉਹ ਜਾ ਕੋਈ ਪੱਲੀ ਲਿਆ ਪੱਲੀ ਜਾਂ ਪੱਲੀ ਲਿਆ ਕੋਈ ਜਾਂ ਬੋਰੀ ਲਿਆ ਬੋਰੀ ਲਿਆ ਜਾਂ ਤਾਬਲ ਲਿਆ ਤਾਬਲ ਮਨੇ ਉਹ ਆਪਣਾ ਹੁੰਦਾ ਨਾ ਤੌਲੀਆਂ ਜਿਹਨੂੰ ਕਹਿੰਦੇ ਨੇ ਆਪਾਂ ਕਿ ਤਾਬਲ ਲਿਆ ਇਹਦੇ ਉੱਪਰ ਇਹਦੇ ਉੱਪਰ ਪਾ ਇਹਨੂੰ ਜਦੋਂ ਨਾਗ ਆ ਗਿਆ ਸਮਝ ਲਓ ਉਹ ਕਹਿੰਦੀ ਆ ਰੋਲਾ ਪਾਉਣ ਲੱਗ ਗਈ ਹਾਂ ਵੀ ਬਚਾਓ 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 ਆਪਾਂ ਕਹਿੰਦੇ ਨੇ ਉਹ ਜਾਓ ਜਾ ਪੱਲੀ ਲੈ ਕੇ ਜਾ ਪੱਲੀ ਲੈ ਕੇ ਆ ਜਾ ਉਹ ਜਾ ਪੱਲੀ ਲੈ ਕੇ ਆ ਜਾ ਬੋਰੀ ਬੋਰੀ ਲੈ ਕੇ ਆ ਜਾ ਬੋਰੀ ਜਾਂ ਤਾਬਲ ਚੱਕ ਲੈ ਤਾਬਲ ਆਪਾਂ ਇਹਦੇ ਉੱਪਰ ਪਾ ਕੇ ਆਪਾਂ ਇਹਨੂੰ ਮਾਰੀ ਜਾਂਨ ਫਿਰ ਆਪਾਂ ਕਹਿੰਦੇ ਨੇ ਚਲ ਕਾ ਨੂੰ ਕਾ ਨੂੰ ਕਾਣੂ ਕਾਣੂ ਮਾਰਨਾ ਕਾਣੂ ਮਾਰਨਾ ਦੋਸਤੋ ਆਈ ਟ੍ਰਿਕ ਸਮਝੋ ਦੋਸਤੋ ਹੁਣ ਦੁਬਾਰਾ ਫੇਰ ਸਮਝਾਉਣਾ ਦੇਖੋ ਕਹਿੰਦਾ ਕਾਲੀ ਕੋਪਾਲ ਕਾਲੀ ਕੋ ਮਤਲਬ ਆਪਣੇ ਕਾਲੀ ਕਾਂ ਕਾਲੀ ਖੇਤ ਛੱਡੋ ਆਪਣੇ ਕੋਪਾਲ ਯਾਦ ਕਰਦੇ ਨਾ ਗੱਲ ਕੋਪਾਲ ਕੋਵਾਲ ਇੰਨਾ ਚ ਹੀ ਆਉਂਦਾ ਹੋਰ ਕਿਸੇ ਚ ਨਹੀਂ ਆਉਂਦਾ ਗੋਪਾਲ ਗੋਪਾਲ ਤੇ ਉਹਦੀ ਬਹੂ ਬੀਹੂ ਬਹੂ ਗੋਪਾਲ ਤੇ ਉਹਦੀ ਬਹੂ ਕੀ ਕਰ ਰਹੀ ਸੀ ਸਾਥ ਵਿੱਚ ਮਿਲ ਕੇ ਮਹਾਰਾਜ ਦੀ ਨੱਠ ਪੂਜਾ ਕਰ ਰਹੀ ਸੀ ਠੀਕ ਆ ਦੋਸਤੋ ਉਧਰੋਂ ਕੀ ਆ ਗਿਆ ਉਧਰੋਂ ਆ ਗਿਆ ਨਾਗ ਉਧਰੋਂ ਨਾਗ ਆ ਗਿਆ ਤੇ ਬਹੂ ਨੇ ਰੌਲਾ ਪਤਾ ਵੀ ਵਿਚਾਓ 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 ਵਿਚਵਾਓ ਵਿਚਾਓ ਵਿਚਾਓ ਆਪਾਂ ਕਿਵੇਂ ਬਚਾਵਾਂਗੇ ਸਮਝ ਲੈ ਕੋਈ ਆਪਾਂ ਨੂੰ ਕਹੂਗਾ ਓਏ ਜਾ ਓ ਜਾ ਓ ਜਾ ਪੱਲੀ ਓ ਜਾ ਪੱਲੀ ਲੈ ਕੇ ਆ ਪੱਲੀ ਓ ਜਾ ਪੱਲੀ ਲੈ ਕੇ ਆ ਜਾਂ ਬੋਰੀ ਬੋ ਕਿਆ ਬੋਰੀ ਜ ਤਾਬਲ ਲੈ ਕੇ ਤਾਬਲ ਹੈ ਇਰ ਮਾਰੇ ਨੂੰ ਮਾਰ ਆਪਾਂ ਕਹਿੰਦੇ ਨਾ ਚਲ ਕਾ ਨੂੰ ਕਾਨੂੰ ਕਾਨੂੰ ਕਾ ਨੂੰ ਕਾਨੂੰ ਮਾਰਨਾ ਕਾਨੂੰ ਮਾਰਨਾ ਚਲੇ ਲੰਗ ਜਾਂਦੇ ਠੀਕ ਆ ਦੋਸਤੋ ਆਇਆ ਦੋਸਤੋ ਯਾਰ ਆਇਆ ਸਮਝ ਦੋਸਤੋ ਚੱਲੀ ਅੱਗੇ ਆਪਾਂ ਚਲੋ ਅੱਗੇ ਚੱਲਦੇ ਹੁਣ ਆਪਾਂ ਲੋ ਜੀ ਦੋਸਤੋ ਨੈਕਸਟ ਆਪਾਂ ਦੇਖ ਲੈਨੇ Goa ਵਾਲੇ ਹਨਾ Goa ਦੇ ਕਿਹੜੇ ਨੇ Goa ਦੇ ਦੋਸਤੋ ਪੰਜ ਲੈਨੇ ਮੈਂ ਠੀਕ ਆ ਦੋਸਤੋ ਇੱਕ ਹੈਗਾ ਮੰਡੀ ਹਨਾ ਮੰਡੀ ਆਪਾਂ ਇੱਥੋਂ ਮੰਡੀ ਕੱਢ ਲਾਂਗੇ ਮੰਡੀ ਜਿਹੜੀ ਆਪਣੀ ਮੰਡੀ ਦਾ ਮੰਡੀ ਇੱਕ ਦੇਖਣੀ ਆ ਇੱਕ ਦੇਖਣੀ ਇੱਕ ਦੇਖਣੀ ਆ ਠੀਕ ਆ ਇੱਕ ਹੈਗਾ ਖੋਲ ਇੱਕ ਇਹ ਕਹਿੰਦਾ ਫੁਗਦੀ ਤੇ ਦਜੀਹਾ ਅਗਲਾ ਹੈਗਾ ਡਾਲ ਡਾਲੋ ਹਾਂ ਡਾਲੋ ਠੀਕ ਆ ਦੋਸਤੋ ਇਹਨੂੰ ਆਪਣੇ ਯਾਦ ਕਰਨਾ ਗੋਆ ਗੋਆ ਤਾਂ ਆਪਣਾ ਗੋਆ ਗੋ ਮਾਤਾ ਮਤਰ ਗੋ ਮਾਤਾ ਮਤਲਬ ਆਪਾਂ ਜਿਹਨੂੰ ਆਪਾਂ ਗਊ ਮਾਤਾ ਗਾਂ ਵੀ ਕਹਿੰਦੇ ਨੇ ਗਊ ਮਾਤਾ ਗਊ ਮਾਤਾ ਨਹੀਂ ਹੁੰਦੇ ਗਊ ਗਊ ਮਾਤਾ ਹੁੰਦੇ ਆਪਾਂ ਉਹਨੂੰ ਦੇਖਣ ਕਿੱਥੇ ਜਾਣਾ ਮਤਲਬ ਮੰਡੀਆਂ 'ਚ ਜਦੋਂ ਆਪਾਂ ਨੇ ਲੈਣੀ ਹੁੰਦੀ ਹੈ ਕੋਈ ਵਾਰ ਮੰਡੀਆਂ 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 'ਚ ਜਾਣਾ ਨੇ ਦੇਖਣ ਵਾਸਤੇ ਮੰਡੀਆਂ 'ਚ ਮੰਡੀਆਂ 'ਚ ਮਤਲਬ ਜੇ ਆਪਾਂ ਨੇ ਮਤਲਬ ਮੁੱਲ ਖਰੀਦਣੀਆਂ ਮਤਲਬ ਮੰਡੀ ਮੰਡੀਆਂ ਉਹਨਾਂ ਦੀ ਮੰਡੀ ਲੱਗਦੀ ਹੁੰਦੀ ਹੈ ਨਾ ਤੁਹਾਨੂੰ ਪਤਾ ਗਊ ਗਊ ਗਊਆਂ ਦੀ ਵੀ ਮੰਡੀ ਲੱਗਦੀ ਹੁੰਦੀ ਆ ਆਪਾਂ ਆਪਣੇ ਗਊ ਗਊ ਲੈਣ ਜਾਣਾ ਆਪਾਂ ਕਿੱਥੇ ਜਾਵਾਂਗੇ ਮੰਡੀ 'ਚ ਨਾ ਦੇਖਣ ਜਾਣਾ ਮਤਲਬ ਆਪਾਂ ਨੇ ਦੇਖਣ ਜਾਣਾ ਦੇਖਣ ਠੀਕ ਆ ਗਊ ਗਊ ਕੀ ਖਾਂਦੀ ਫੂਸ ਹਨਾ ਫੂਸ ਫੂਸ ਮਤਲਬ ਕਾ ਫੂਸ ਕਾ ਫੂਸ ਖਾਂਦੀ ਆ ਠੀਕ ਆ ਆਪਾਂ ਕਹਿੰਦੇ ਨਾ ਕਿ ਇਹਨੂੰ ਖਾਲ ਡਾਲੋ ਡਾਲੋ ਮਤਲਬ ਇਹਨੂੰ ਡਾਲੋ ਹਨਾ ਇਹਨੂੰ ਮਤਲਬ ਡਾਲੋ ਕਿ ਇਹਨੂੰ ਖਾਲ ਡਾਲੋ ਹਨਾ ਖਾਲ ਡਾਲੋ ਖਾਲ ਡਾਲੋ ਆਪਾਂ ਉੱਥੇ ਇਹਨੂੰ ਯਾਦ ਕਰ ਲੈਣਾ ਠੀਕ ਆ ਦੋਸਤ ਦੁਬਾਰਾ ਫੇਰ ਦੇਖੋ ਹਾਂ ਵੀ ਗੋਵਾ ਤੋਂ ਆਪਣੇ ਗੋਮਾਤਾ ਕੱਢ ਲਈ ਗੋਮਾਤਾ ਹੁੰਦੀ ਜਿਹੜੀ ਆਪਣੇ ਉਹਨੂੰ ਆਪਾਂ ਦੇਖਣੀ ਜਦੋਂ ਆਪਾਂ ਇਹ ਸਮਝ ਲੈ ਗੋਮਾਤਾ ਦੇਖਣੀ ਆ ਹਨਾ ਜਾਂ ਆਪਾਂ ਇਹਨੂੰ ਨੀਚੋਂ ਸਟਾਰਟ ਕਰ ਲੈ ਹਾਂ ਗੋਮਾ ਦਾ ਆਪਾਂ ਕੀ ਖਾਂਦੀ ਆ ਵੀ ਕਾਂ ਫੂਸ ਕਹਿੰਦੇ ਫੁਕਦੀ ਤਾਂ ਆਪਾਂ ਫੂਸ ਕੱਢ ਲੈ ਕਾਂ ਫੂਸ ਤੇ ਖੋਲ ਤੋ ਆਪਾਂ ਖਲ ਕੀ ਖਲ ਵੀ ਖਾਂਦੇ ਆ ਨਾ ਆਪਾਂ ਕਹਿੰਦੇ ਆ ਖਲ ਡਾਲੋ ਡਾਲੋ ਹਨਾ ਡਾਲੋ ਤੇ ਆਪਾਂ ਕਿੱਥੇ ਜਾਂਦੇ ਆ ਮਤਲਬ ਗਾਉਂ ਮਾਤਾਂ ਜੇ ਆਪਾਂ ਨੇ ਗਾਉਂ ਲੈਣੀਆਂ ਹਨਾ ਮਤਲਬ ਆਪਾਂ ਨੇ ਮੁੱਲ ਲੈਣੀਆਂ ਆਪਾਂ ਮੰਡੀ ਲਾ ਉਹਨਾਂ ਦੀ ਗਾਉਂ ਮਾਤਾ ਦੀ ਗਾਉਂ ਗਾਉਂਾਂ ਦੀ ਵੀ ਮੰਡੀ ਲੱਗਦੇ ਨਾ ਆਪਾਂ ਮੰਡੀ ਚ ਦੇਖਣ ਦੇਖਣੇ ਦੇਖਣੀ ਮੰਡੀ ਚ ਦੇਖਣ ਜਾਂਦੇ ਆ ਠੀਕ ਆ ਦੋਸਤੋ ਉੱਥੇ ਆਪਾਂ ਨੂੰ ਹੀ ਯਾਦ ਹੋ ਜੀ ਚੱਲੀ ਅੱਗੇ ਆਪਾਂ ਸੋ ਦੋਸਤੋ ਚੱਲ ਅੱਗੇ ਚੱਲਦੇ ਆ ਲੋ ਵੀ ਦੋਸਤੋ ਨੈਕਸਟ ਦੇਖ ਲੈਣੇ ਆਪਾਂ ਨਾਗਾਲੈਂਡ ਦੇਣਾ ਆਪਣੇ ਨਾਗਾਲੈਂਡ ਜਿਹੜੀ ਸਟੇਟ ਆ ਉਹਦੇ ਕਿ ැෙැ ලිින් බන කම් ලින් ායික එක සුව එක හන. ਤੇ ਅਗਲਾ ਹੈਗਾ ਇੱਕ ਰੰਗਮਾ ਇੱਕ ਰੰਗਮਾ ਇੱਕ ਰੰਗਮਾ ਹੋਗਾ ਇੱਕ ਇਹ ਜਲਿੰਗਾ ਹੋਗਾ ਨਾ ਜਲਿੰਗਾ ਜਲਿੰਗਾ ਨਾ ਜਲਿੰਗਾ ਆਪਾਂ ਨੇ ਤਾਂ ਬਸ ਠੀਕ ਕਰਨਾ ਯਾਦ ਕਰਦੇ ਨਾਮ ਹੀ ਇਹਨਾਂ ਦੇ ਕਈ ਵਾਰ ਹੋਰ ਹੁੰਦੇ ਨੇ ਠੀਕ ਆ ਜਲਿੰਗਾ ਚਲੋ ਆਪਣੇ ਕੀ ਦੋਸਤੋ ਯਾਦ ਕਰਨੇ ਦੇਖੋ ਨਾਗਲੈਂਡ ਤੋਂ ਆਪਾਂ ਨਾਂ ਕੱਢ ਲੈ ਨਾਗ ਹਨ ਸੱਪ ਜਿਹੜਾ ਹੁੰਦਾ ਨਾਗ ਭਈ ਨਾ ਕੀ ਕਰਦਾ ਨਾਗ ਜਦੋਂ ਲੜ ਜਾਂਦਾ ਆਪਾਂ ਕੀ ਮਾਰਦੇ ਆ ਚਾਂਗ ਨਾ ਚਾਂਗ ਨਿਕਲ ਜਾਂਦੇ ਨੇ ਆਪਣੀ ਚਾਂਗ ਚਿੱਕਾ ਮਾਰਦੇ ਆਪਾਂ ਚਾਂਗ ਲੰਘੀ ਜਾਂਦੇ ਠੀਕ ਆ ਆਪਾਂ ਨੂੰ ਕੰਬਾ ਕੰਬਾ ਚੜ ਜਾਂਦਾ ਹੋਏ ਉਹ ਆਪਾਂ ਮਰ ਗਏ ਉਹ ਮੋਢਾ ਡੰਗ ਮਰੀ ਉਹ ਮੋਢਾ ਡੰ ਕਿੰਦਾ ਠੀਕ ਹੈ ਦੋਸਤੋ ਤੇ ਆਪਾਂ ਜਦੋਂ ਡੰਗ ਮਾਰਦਾ ਸੂਆ ਸੂਆ ਨਹੀਂ ਹੁੰਦਾ ਮਤਲਬ ਸੂਆ ਉਹ ਜਿਹੜਾ ਬੋਰੀਆਂ ਬੋਰੀਆਂ ਸੀ ਹੁੰਦੇ ਹੁੰਦੇ ਨੇ ਆਪਾਂ ਜਿਹਨੂੰ ਸੂਆ ਕਹਿੰਦੇ ਨੇ ਸੂਏ ਮਗੂੰ ਜੇ ਆਪਾਂ ਸੂਆ ਮਾਰੀਏ ਆਪਣੇ ਫੇਰ ਵੀ ਦਰਦ ਹੁੰਦਾ ਨਾ ਉੱਥੇ ਸੂਆ ਕੀ ਸੂਏ ਮਗੂੰ ਡੰਗ ਮਾਰਦਾ ਹੋਏ ਮਾਰਦਾ ਸੂਆ ਮਗੂੰ ਨਾ ਫਿਰ ਕਿਉਂਦਾ ਜਿੱਥੇ ਡੰਗ ਮਾਰਦਾ ਉੱਥੇ ਆਪਣਾ ਰੰਗ ਮਤਲਬ ਨੀਲ ਪੈ ਜਾਂਦਾ ਨਾ ਨੀਲ ਪੈ ਜਾਂਦਾ ਨਾ ਹਾਂ ਵੀ ਉਹ ਜਿਹੜਾ ਜ਼ਹਿਰ ਆ ਦੇ ਜੈ ਲਿੰਕ ਤੋਂ ਜ਼ਹਿਰ ਨਿਕਲ ਗਿਆ ਨਾ ਜ਼ਹਿਰ ਜ਼ਹਿਰ ਕੀ ਜ਼ਹਿਰ ਆ ਜਿਹੜੀ ਜ਼ਹਿਰ ਫੈਲ ਜਾਂਦੀ ਆ ਜਿਹੜਾ ਆਪਣਾ ਰੰਗ ਰੰਗ ਨੀਲਾ ਹੋਣ ਲੱਗ ਜਾਂਦਾ ਹਰਾ ਹੋਣ ਲੱਗ ਜਾਂਦਾ ਹੈ ਨਾ ਕਿ ਜ਼ਹਿਰ ਫੈਲ ਗਿਆ ਤੇ ਰੰਗ ਮਾਰ ਰੰਗ 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 ਫੈਲਣ ਲੱਗ ਜਾਂਦਾ ਕਿ ਜ਼ਹਿਰ ਆ ਜੈ ਲਿੰਗ ਤਾਂ ਆਪਾਂ ਜ਼ਹਿਰ ਕੱਢ ਲਾਂਗੇ ਕਿ ਜ਼ਹਿਰ ਜ਼ਹਿਰ ਫੈਲ ਜਾਂਦੀ ਆ ਠੀਕ ਆ ਦੋਸਤੋ ਉਦੋਂ ਆਪਣੇ ਸਾਰੇ ਯਾਦ ਹੋਗੇ ਦੇਖੋ ਜਦੋਂ ਮੈਂ ਦੁਬਾਰਾ ਫੇਰ ਰਿਪੀਟ ਕਰਾਨਾ ਦੋਸਤੋ ਜਦੋਂ ਆਪਾਂ ਨਾਗ ਮਤ ਲਾਂਗਾ ਲੈਂਡ ਤੋਂ ਆਪਣੇ ਨਾਂ ਕੱਢ ਲਿਆ ਕਿ ਹਾਂ ਵੀ ਨਾਗੂ ਨਾਗ ਜਦੋਂ ਆਪਣੇ ਡੰਗ ਮਾਰਦਾ ਆਪਣੀ ਚਾਂਗ ਚਾਂਗ ਨਿਕਲ ਜਾਂਦੇ ਨੇ ਚਾਂਗ ਨਿਕਲ ਜਾਂਦੇ ਚਿੱਕਾ ਮਾਰਦੇ ਆਪਾਂ ਹੈਨਾ ਤੇ ਆਪਾਂ ਯਾਨਾ ਆਪਾਂ ਕੀ ਆਪਣੇ ਸੂਏ ਮੰਗੂ ਪਾ ਦਨਾ ਜਿਵੇਂ ਤਿੱਖੀ ਚੀਜ਼ ਹੋਵੇ ਸੂਏ ਮੰਗੂ ਉਵੇਂ ਉਹਦੀ ਡੰਗ ਵੱਜਦੇ ਠੀਕ ਆ ਤੇ ਆਪਣਾ ਰੰਗ ਤੁਹਾਨੂੰ ਪਤਾ ਕੀ ਹਾਂ ਵੀ ਸਾਰੇ ਸਰੀਰ ਚ ਜ਼ਹਿਰ ਫੈਲਣੀ ਸ਼ੁਰੂ ਹੋ ਜਾਂਦਾ ਨਾ ਅ ਜੈਲਿੰਗਾ ਤੋਂ ਆਪਾਂ ਕੀ ਜ਼ਹਿਰ ਫੈਲਣੀ ਸ਼ੁਰੂ ਹੋਗੀ ਤੇ ਆਪਣਾ ਰੰਗ ਆ ਜਿਹੜਾ ਰੰਗ ਤੁਹਾਨੂੰ ਪਤਾ ਜਿੱਥੇ ਡੰਗ ਮਾਰੀ ਹੁੰਦੀ ਹੈ ਸਾਰਾ ਐਵੇਂ ਜ਼ਹਿਰ ਉਹਦੀ ਫੈਲਣੀ ਸ਼ੁਰੂ ਹੁੰਦੀ ਹੈ ਨਾ ਰੰਗ ਜਾਂ ਚੜ ਜਾਂਦਾ ਨੀਲਾ ਨੀਲਾ ਰੰਗ ਜਾਂ ਹੋ ਜਾਂਦਾ ਠੀਕ ਆ ਦੋਸਤ ਉੱਥੇ ਆਪਾਂ ਨੂੰ ਸਾਰੇ ਯਾਦ ਹੋ ਜਾਣਗੇ ਠੀਕ ਆ ਦੋਸਤ ਚੱਲੀਏ ਅੱਗੇ ਆਪਾਂ ਚਲੋ ਅੱਗੇ ਚੱਲਦੇ ਆਂ ਲੋਈ ਦੋਸਤੋ ਨੈਕਸਟ ਆਪਾਂ ਅਰਨਾਚਲ ਪ੍ਰਦੇਸ਼ ਦੇ ਦੇਖ ਲੈਣੇ ਆ ਕੀ ਕਹਿੰਦੇ ਆ ਇਹ ਕੀ ਕਹਿੰਦਾ ਅਰਨਾਚਲ ਪ੍ਰਦੇਸ਼ ਦੇ ਲੈ ਲਈ ਆਪਣਾ 1 2 3 4 5 7 ਲੈ ਲਏ ਦੋਸਤੋ ਠੀਕ ਆ ਇਹਨਾਂ ਨੂੰ ਆਪਾਂ ਟ੍ਰਿਕ ਨਾਲ ਯਾਦ ਕਰਾਂਗੇ ਦੇਖੋ ਕਹਿੰਦਾ ਅਰਨਾਚਲ ਪ੍ਰਦੇਸ਼ ਦੇ ਕਿਹੜੇ ਕਿਹੜੇ ਨੇ 1 ਤੱਕ ਇਹ ਚਾਲੂ ਹੈਗੇ ਇੱਕ ਜੀਜਲਾਮੂ ਜੀਜਲਾਮੂ ਹਨਾ ਇੱਕ ਹੈਗਾ ਪੈਸੀਕੋਂਕੀ ਪੈਸੀਕੋਂਕੀ ਇੱਕ ਹੈਗਾ ਹਿਰੀ ਹਿਰੀ ਖਾਨਕਿੰਗ ਤੇ ਹਾਂ ਅਗਲਾ ਹੈਗਾ ਰੇਖਮਾ ਰੇਖਮਾ ਰੋਪੀ ਤੇ ਹਾਂ ਇਹ ਕਾ ਪੋਪੀ ਰਣਾ ਪੋਪੀ ਰਾ ਆਪਣੇ ਬਸ ਟ੍ਰਿਕ ਨਾਲ ਯਾਦ ਕਰ ਲੈਣੇ ਦੋਸਤੋ ਤੁਸੀਂ ਨਾਮਾਂ ਤੋਂ ਕੀ ਲੈਣਾ ਬਸ ਤੁਸੀਂ ਟ੍ਰਿਕ ਦੇਖੋ ਬਸ ਮਰ ਤੁਸੀਂ ਇਹਨਾਂ ਨੂੰ ਜਦੋਂ ਟਿੱਕ ਨਾਲ ਯਾਦ ਕਰ ਲੈਣੇ ਤੁਹਾਨੂੰ ਬਸ ਆ ਇੱਕ ਵਰਡ ਵੀ ਦਿਖੇਣਾ ਉੱਥੇ ਤੁਹਾਡਾ ਉਹ ਹੋ ਜੂ ਕਿ ਹਾਂ ਉਹਨੇ ਉਹਨੂੰ ਕਿਹਾ ਸੀ ਠੀਕ ਆ ਦੋਸਤੋ ਹੁਣ ਅਰੁਣ ਚੱਲ ਅਰੁਣ ਆਪਾਂ ਹਮੇਸ਼ਾ ਅਰੁਣ ਨੂੰ ਕੀ ਅਰੁਣ ਅਰੁਣ ਚੱਲ ਅਰੁਣ ਚੱਲੋ 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 ਤੋਂ ਤਾਂ ਆਪਾਂ ਪਹਿਲਾਂ ਚੱਲੋ ਨਿਕਲੀ ਗਏ ਨਾ ਅਰੁਣ ਚੱਲੋ ਹਣਾ ਆਪਾਂ ਕਹਿੰਦੇ ਅਰੁਣ ਚੱਲੋ ਆ ਜਾਈਓ ਏ ਆ ਜੀ ਅੱਛਾ ਆ ਜੀ ਪੱਕਾ ਜੀ ਪੈਸੀ ਪੈਸੀ ਚੱਕ ਲਈ ਪੈਸੀ ਪੈਸੇ ਚੱਕ ਲਈ ਪੈਸੀ ਪੈਸੇ ਦਾ ਕੀ ਕਰਨਾ ਪੈਸੇ ਦਾ ਕੀ ਕਰਨਾ ਖਾਣ ਖੂਣ ਵਾਸਤੇ ਖਾਣ ਖੂਣ ਵਾਸਤੇ ਮੈਨੂੰ ਐਂ ਤਾਂ ਦੱਸਦੇ ਆਪਾਂ ਜਾ ਕਿਥੇ ਰਹਿ ਗਿਆਂ ਉਹ ਯਾਰ ਰੇਖ ਮਾਰ ਰੇਖਾ ਰੇਖਾ ਨੂੰ ਮਿਲਣ ਜਾਂਦੇ ਆ ਰੋਪੀ ਰੇਖਾ ਰੋਪੀ ਉਹਨੂੰ ਮਨਾਣ ਜਾਂਦੇ ਆ ਰੇਖਾ ਰੋਹੀ ਜਾਂਦੀ ਆ ਰੋ ਰੋਪੀ ਰੋਪੀ ਰੋ ਮਤਲਬ ਰੋਂ ਲੱਗ ਗਈ ਰੋਪੀ ਉਹਨੂੰ ਮਨਾਣ ਲੱਗ ਜਾਂਦਾ ਨਾ ਰੋਪੀ ਪੋਪੀ ਰੋਪੀ ਪੋਪੀ ਆਪਣਾ ਦੋਵੇਂ ਸੀਵ ਨੇ ਬਸ ਇੰਨਾ ਇੰਨੀ ਕੁ ਟ੍ਰਿਕ ਦੀ ਦੋਸਤੋ ਦੁਬਾਰਾ ਫੇਰ ਰਿਪੀਟ ਕਰਾਉਣਾ ਦੋਸਤੋ ਆਪਾਂ ਉਹ ਅਰਨ ਅਰਨਾ ਚੱਲ ਅਰਨ ਚੱਲਣਾ ਮਤਲਬ ਅਰਨ ਨੂੰ ਕਹਦੇ ਨੇ ਆਪਾਂ ਚੱਲ ਓਏ ਅਰਨ ਚੱਲ ਆ ਜਾ ਆ ਜਾ ਅਰਨ ਅਰਨ ਚੱਲ ਚੱਲੀਏ ਕਿੱਥੇ ਜਾਣਾ ਆਪਨੇ ਜਾਣਾ ਯਾਰ ਰੇਖਾ ਰੋ 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 ਜਾਂਦੀ ਆ ਰੇਖਾ ਰੇਖ ਮਾ ਰੇਖ ਮਾ ਰੇਖ ਮਾ ਰੋਈ ਜਾਂਦੀ ਆ ਰੋਪੀ ਰੋਪੀ ਮਤਲਬ ਰੇਖ ਮਾ ਰੋਪੀ ਆਪਾਂ ਨੂੰ ਮਨਾਣ ਜਾਣਾ ਰੋਪੀ ਤੋਂ ਪੋਪੀ ਆਪਣਾ ਯਾਦ ਹੋ ਜੀ ਠੀਕ ਆ ਦੋਸਤੋ ਹਾਂ ਵੀ ਉਹ ਪੈਸੇ ਚੱਕ ਲਈ ਪੈਸੇ ਪਾਈ ਸੀ ਪਾਸੀਆਂ ਨੇ ਪਾਸੀ ਇਹੇ ਪਾਸੀ ਆਪਾਂ ਕਹਿੰਦੇ ਪੈਸੀ ਚੱਕ ਲਈਓ ਪੈਸੀ ਕੀ ਕਰਾਂਗੇ ਖਾਣ ਖੂਨ ਵਾਸਤੇ ਖਾਣ ਖਾਣ ਖੂਨ ਵਾਸਤੇ ਪੈਸੀ ਚੱਕ ਲਈ ਉੱਥੋਂ ਲੋ ਵੀ ਦੋਸਤੋ ਨੈਕਸਟ ਦੇਖੋ ਨੈਕਸਟ ਹੈ ਆਪਾਂ ਓਡੀਸ਼ਾ ਦੇ ਕਰ ਲੈਣਾ ਦੋਸਤੋ ਓਡੀਸ਼ਾ ਵਾਲੇ ਦੇਖ ਲਓ ਤੁਸੀਂ ਕੀ ਕਹਿੰਦੇ ਨੇ ਓਡੀਸ਼ਾ ਵਾਲਾ ਹੈਗਾ ਇੱਕ ਤਾਂ ਦਾਲ ਖਾਈਆ ਇੱਕ ਹੈਗਾ ਮੁਨਾਰੀ ਹੈ ਇੱਕ ਸਵਾਰੀਆ ਠੀਕ ਆ ਇੱਕ ਸਵਾਰੀਆ ਇੱਕ ਪਾਈਕਾ ਇੱਕ ਗੁਮਾਰਾ ਠੀਕ ਆ ਦੋਸਤੋ ਇਹਨੂੰ ਆਪਾਂ ਹੁਣ ਟ੍ਰਿਕ ਨਾਲ ਦੇਖਦੇ ਆਂ ਦੇਖੋ ਦੋਸਤੋ ਮੈਂ ਤੁਹਾਨੂੰ ਹਮੇਸ਼ਾ ਯਾਦ ਕਰਾਉਣਾ ਹੁੰਦਾ ਜਦੋਂ ਓਡੀਸ਼ਾ ਓਡੀਸ਼ਾ ਆ ਜਾ ਕੋਈ ਓਡੀਸ਼ਾ ਡਿਸ਼ ਡਿਸ਼ ਮੈਨੇ ਡਿਸ਼ ਨਾ ਜਿਹੜੀ ਆਪਾਂ ਖਾਣੇ ਆ ਕੋਈ ਆਪਾਂ ਜਦੋਂ ਆਰਡਰ ਕਰਦੇ ਹੁੰਦੇ ਡਿਸ਼ ਡਿਸ਼ ਆਰਡਰ ਕਰਦੇ ਨਾ ਹਾਂ ਵੀ ਡਿਸ਼ ਆਰਡਰ ਕਰ ਦਾਲ ਲਿਆ ਡੀ ਐਲ ਦਾਲ ਹਨਾ ਦਾਲ ਲਿਆ ਦਾਲ ਲਿਆ ਕਾਦੀ ਕਾਦੀ ਉਹ ਕਾਦੀ ਕਾਦੀ ਇੱਕ ਤਾਂ ਮੂੰਗੀ ਮੂੰਗੀ ਲਿਆਦਾ ਐਮ ਯੂ ਐਨ ਨਾ ਇੱਕ ਤਾਂ ਮੂੰਗੀ ਇੱਕ ਤਾਂ ਮੂੰਗੀ ਲਿਆ ਇੱਕ ਸਾਫਤ ਮੂੰਗੀ ਜਾਂ ਇਹਨੂੰ ਸਾਫਤ ਮੂੰਗੀ ਆਪਾਂ ਐਸੇ ਵੀ ਸਾਫ ਇੱਕ ਤਾਂ ਸਾਫਤ ਮੂੰਗੀ ਲਿਆ ਡਿਸਚ ਕੋਈ ਵੀ ਬੰਦਾ ਮਿਲੇ ਆਪ ਨੂੰ ਡਿਸਚ ਵਾਲਾ ਕਹਿੰਦਾ ਹਾਂ ਵੀ ਕੀ ਕਿਹੜੀ ਡਿਸਖਾਣੀਆਂ ਆਪਣੇ ਕਹੇ ਸਾਫਤ ਮੂੰਗੀ ਦੀ ਦਾਲ ਲਿਆ ਸਾਫਤ ਮੂੰਗੀ ਦੀ ਦਾਲ ਲਿਆ ਹਨਾ ਪਾਇ ਕੇ ਲਿਆ ਪਾਇ ਕੇ ਲਿਆ ਪਾਇ ਕੇ ਲਿਆ ਪਾਕੇ ਨੇ ਆ ਕੀ ਪਾਕੇ ਲਿਆ ਉਥੋਂ ਆਪਾਂ ਨੂੰ ਯਾਦ ਹੋਈ ਠੀਕ ਹੈ ਦੋਸਤੋ ਆ ਆਪਾਂ ਯਾਦ ਲੈਣਾ ਗੁਮਾਰਾ ਠੀਕ ਹੈ ਦੋਸਤੋ ਠੀਕ ਹੈ ਦੋਸਤੋ ਕੀ ਹਾਂ ਵੀ ਦਾਲ ਪਾਕੇ ਲਿਆ ਕਾਦੀ ਮੂੰਗੀ ਮੂੰਗੀ ਸਾਤ ਮੂੰਗੀ ਹਨਾ ਸਾਤ ਜਿਹਾ ਸਾਤ ਮੂੰਗੀ ਲਿਆ ਗਿਆ ਸਾਤ ਮੂੰਗੀ ਲੈ ਗਿਆ ਪਾਕੇ ਪਾਕੇ ਲਿਆ ਉਥੋਂ ਆਪਾਂ ਨੂੰ ਯਾਦ ਹੋਈ ਠੀਕ ਹੈ ਦੋਸਤੋ ਚੱਲੀਏ ਅੱਗੇ ਆਪਾਂ ਚਲੋ ਅੱਗੇ ਚੱਲਦੇ ਆਂ ਲੋ ਦੋਸਤੋ ਨੈਕਸਟ ਆਪਾਂ ਸਿੱਕਮ ਤੇ ਦੇਖ ਲੈਣਾ ਸਿੱਕਮ ਤੇ ਠੀਕ ਹੈ ਦੋਸਤੋ ਆ ਸਿੱਕਮ ਸਿੱਕਮ ਤੇ ਚਾਰ ਨੇ ਦੋਸਤੋ ਸਿੱਕਮ ਨੂੰ ਇੱਕ ਹੈਗਾ ਸਿੰਗ ਸਿੰਗ ਚ ਆਮ ਇੱਕ ਜਾਕ ਚ ਆਮ ਹਨਾ ਇੱਕ ਹੈਗਾ ਰਿਚ ਆਉਣਾ ਹਨਾ ਰੀ ਜਰਮਾ ਇਹ ਕਹਿਗਾ ਮਾਰੂਨੀ ਠੀਕ ਹੈ ਮਾਰੂਨੀ ਆਪਣੇ ਵਸਤੀਕਾਂ ਦੇਖਨੇ ਆ ਦੋਸਤੋ ਦੇਖੋ ਆਪਾਂ ਇਹਨੂੰ ਕਿਵੇਂ ਯਾਦ ਕਰਾਂਗੇ ਦੋਸਤੋ ਸਿੱਖਮ ਨੂੰ ਆਪਾਂ ਸਿੱਖਮ ਨੂੰ ਕੱਢ ਲੈਣਾ ਸਿੱਖ ਹੈ ਨਾ ਸਿੱਖ ਹੁੰਦੇ ਨੇ ਜਿਹੜੇ ਆਪਣੇ ਸਿੱਖ ਸਿੱਖਾਂ ਦੇ ਨਾਮ ਦੇ ਪਿੱਛੇ ਕੀ ਪੈਂਦਾ ਹੁੰਦਾ ਸਿੰਘ ਆਦੇ ਸਿੰਘ ਸਿੰਘ ਹੀ ਪਾਇਆ ਹੈ ਨਾ ਸਿੰਘੀ ਸਿੰਘੀ ਸਿੱਖੀ ਆਪਣਾ ਪਾਇ ਯਾਦ ਹੋਗੇ ਨਾ ਹਾਂ ਵੀ ਸਿੱਖਾਂ ਦੇ ਨਾਮ ਦੇ ਪਿੱਛੇ ਸਿੱਖਮ ਤੋਂ ਸਿੱਖ ਕੱਢ ਲੈ ਸਿੱਖਾਂ ਦੇ ਨਾਮ ਦੇ ਪਿੱਛੇ ਕੀ ਪੈਂਦਾ ਦੋਸਤੋ ਪਿੱਛੇ ਸਿੰਘੀ ਸਿੰਘੀ ਹੈ ਨਾ ਸਿੰਘੀ ਚਾਮ ਹੈ ਨਾ ਚਾਮ ਚਾਮਾਂਗੇ ਇਹ ਚ ਵੀ ਚਾਮ ਆ ਰਿਹਾ ਸਾਡੇ ਦੋਨੇ ਤਾਂ ਹੋਗੇ ਸਿੱਖੀ ਚਾਮ ਜਿਹੜੇ ਸਿੱਖ ਲੋਕ ਹੁੰਦੇ ਨੇ ਜੇ ਜਿਆਦਾ ਸਿੱਕੇ ਹੋਣਗੇ ਉਹ ਕੀ ਹੋਗਾ ਰਿਚ ਇਸ ਤੋਂ ਅਪਾਰਿਚ ਚੜ ਲਾਂਗੇ ਹਾਂ ਵੀ ਉਹ ਜ਼ਿਆਦਾ ਰਿਚ ਹੋਊਗਾ ਦੋਸਤੋ ਮਾਰੂਨੀ ਹੈ ਨਾ ਮਰੂਨੀ ਜਾਂ ਮਾਰੂਤੀ ਮਾਰੂਤੀ ਇਹਨੂੰ ਮਾਰੂਤੀ ਕਿਉਂਕਿ ਇਹ ਮਾਰੂਤੀ ਕਾਰ ਹੋਗੀ ਜਿਹੜਾ ਅਮੀਰ ਹੋਊਗਾ ਮਤਲਬ ਸਿੱਖੇ ਸਿੱਕੇ ਵਾ ਸਿੱਕੇ ਸਿੱਕਮ ਤਾਂ ਆਪਾਂ ਨੇ ਸਿੱਖ ਕੱਢ ਲਿਆ ਸਿੱਖ ਸਿੱਖ ਕੀ ਹੁੰਦਾ ਸਿੱਖਾਂ ਦੇ ਨਾਂ ਪਿੱਛੇ ਸਿੰਘ ਸਿੰਘੀ ਪੈ ਸਿੰਘ ਪੈਂਦਾ ਉੱਥੋਂ ਆਪਾਂ ਨਹੀਂ ਜਾਵਾਂ ਸਿੰਘੀ ਚਾਮ ਇੱਥੇ ਵੀ ਚਾਮ ਆ ਅਲ ਦੋਵੇਂ ਇਹ ਤਾਂ ਜ਼ਿਆਦਾ ਹੋਗੇ ਤੇ ਅੱਗੇ ਆਪਾਂ ਕੀ ਕਹਿੰਦੇ ਸਿੱਖਮ ਤੇ ਸਿੱਕੇ ਹੈ ਨਾ ਜਿਹਨਾਂ ਦੇ ਵੀ ਸਿੱਕੇ ਹੋਣਗੇ ਦੋਸਤੋ ਉਹ ਜ਼ਿਆਦਾ ਰਿਚ ਹੋਣਗੇ ਹੈਨਾ ਰਿਚਾਮਾ ਰਿਚੂਨ ਮਾ ਉਹ ਇੱਥੋਂ ਜ਼ਿਆਦਾ ਹੋਜੀ ਠੀਕ ਆ ਦੋਸਤੋ ਚੱਲੀਏ ਅੱਗੇ ਆਪਾਂ ਚਲੋ ਅੱਗੇ ਚੱਲਦੇ ਹਾਂ ਲਓ ਵੀ ਦੋਸਤੋ ਨੈਕਸਟ ਹੈਗਾ ਇੱਕ ਆਪਣਾ ਮੱਧਿਆ ਪ੍ਰਦੇਸ਼ ਠੀਕ ਆ ਦੋਸਤੋ ਮੱਧਿਆ ਮੱਧਿਆ ਪ੍ਰਦੇਸ਼ ਪ੍ਰਦੇਸ਼ ਤੋਂ ਕੱਢ ਲੈਨੇ ਆਪਾਂ ਪ੍ਰਦੇਸ਼ ਕਿ ਹਾਂ ਪ੍ਰਦੇਸ਼ ਬਾਹਰਲੇ ਮੁਲਕ ਕੀ ਮੱਧਿਆ ਪ੍ਰਦੇਸ਼ ਹੈ ਨਾ ਮੱਧਿਆ ਪ੍ਰਦੇਸ਼ ਆਪਾਂ ਜਦੋਂ ਜਾਵਾਂ ਮਤਲਬ ਪ੍ਰਦੇਸ਼ ਜਾਵਾਂ ਜਾਂ ਆਦੇ ਪ੍ਰਦੇਸ਼ ਜਾਵਾਂ ਪ੍ਰਦੇਸ਼ ਜਾਵਾਂਗੇ ਦੋਸਤੋ ਹੈ ਨਾ ਜਦੋਂ ਆਪਾਂ ਪ੍ਰਦੇਸ਼ ਜਾਵਾਂਗੇ ਆਪਣੇ ਉੱਪਰ ਫੁੱਲਾਂ ਦੀ ਪ੍ਰਸਾਦ ਕਰਨੇ ਕੀ ਹਾਂ ਵੀ ਮੁੰਡਾ ਮੁੰਡਾ ਕਨੇਡਾ ਚੱਲਿਆ ਬਾਹਰਲੇ ਬਾਹਰਲੇ ਪ੍ਰਦੇਸ਼ ਚੱਲਿਆ ਫੁੱਲ ਪੱਤੀ ਗੇਰਨੇ ਗੇ ਗਰੇਦਾ ਤੋਂ ਆਪਾਂ ਕਿ ਗੇਰਨਗੇ ਆਪਾਂ ਗੇਰਨਾ ਯਾਦ ਕਰ ਲੈਨੇ ਕਿ ਹਾਂ ਵੀ ਫੁੱਲ ਪੱਤੀ ਗੇਰਨੇ ਹੈ ਨਾ ਜਿਹੜ ਗਰੇਡਾ ਜਿਹੜਾ ਉਹ ਆਪਾਂ ਇਹਨੂੰ ਯਾਦ ਕਰ ਲਾਂਗੇ ਹਾਂ ਵੀ ਬਾਹਲੇ ਪ੍ਰਦੇਸ਼ ਮਤ ਮੱਧਿਆ ਪ੍ਰਦੇਸ਼ ਮੱਧਿਆ ਪ੍ਰਦੇਸ਼ ਆਪਾਂ ਬਾਹਲੇ ਪ੍ਰਦੇਸ਼ ਗਏ ਆ ਹਾਂ ਜਦੋਂ ਆਪਾਂ ਗਏ ਅੱਦੇ ਜਾਵਾਂ 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 ਬਾਹਲੇ ਪ੍ਰਦੇਸ਼ ਜਾਵਾਂ ਜਾਵਾਂ ਤੋਂ ਬਹਾਵ ਜਦੋਂ ਜਾਵਾਂਗੇ ਫੁੱਲ ਪੱਤੀ ਫੁੱਲ ਪੱਤੀ ਛੁੱਟਣਗੇ ਆਪਣੇ ਉੱਪਰ ਹਨ ਫੁੱਲ ਪੱਤੀ ਗੇਰਨਗੇ ਗੇਰਦ ਗੇਰਦ ਦਾ ਹਨ ਗਰੀਦਾ ਗਰੀਦਾ ਆਪਾਂ ਨੂੰ ਗੇਰਦੇ ਆਪਾਂ ਦੇ ਉੱਪਰ ਫੁੱਲ ਪੱਤੀ ਗੇਰਦੇਗੇ ਉੱਥੋਂ ਆਪ ਨੂੰ ਯਾਦ ਹੋ ਜੀ ਠੀਕ ਹੈ ਤਾਂ ਆ ਮਟਕੀ ਆਪਾਂ ਯਾਦ ਕਰ ਲਾਂਗੇ ਠੀਕ ਆ ਜਾਂ ਇਹਦੀ ਹੋ ਟ੍ਰਿਕ ਕੀ ਮੱਧਮ ਇੰਨੇ ਕੀ ਹੁੰਦਾ ਦੋਸਤੋ ਮੱਧਮ ਇੰਨੇ ਕੀ ਹੁੰਦਾ ਵਿਚਕਾਰ ਹਨ ਜਮਟਕੀ ਹਨ ਮਟਕੀ ਕਾ ਕਿਸੇ ਕੁੜੀ ਦੇ ਨਾਲ ਲੈਣਾ ਕਿ ਜੇ ਕੁੜੀ ਨੂੰ ਹਨ ਫੁੱਲ 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 ਦੇ ਕੇ ਆ ਜਾ ਆਪਾਂ ਇਹ ਕਹਿੰਦੇ ਆ ਕੁੜੀ ਨੂੰ ਫੁੱਲ ਦੇ ਕੇ ਆਣਾ ਫੁੱਲ ਮਟਕੀ ਨੂੰ ਮਟਕੀ ਹੈ ਤਾਂ ਕੋਈ ਕੁੜੀ ਦਾ ਨਾਮ ਲੈਣਾ ਕਿ ਹਾਂ ਵਿਚਕਾਰ ਖੜੀਆ ਕੁੜੀ ਹੈ ਨਾ ਮਟਕੀ ਆਪਾਂ ਕਹਿੰਨੇ ਜਾਓ ਜਾ ਜਾਵਾ ਜਾਵਾ ਵੇ ਮਟਕੀ ਨੂੰ ਮਟਕੀ ਨੂੰ ਫੁੱਲ ਦੇ ਕੇ ਆ ਫੁੱਲ ਪੱਤੀ ਦੇ ਕੇ ਆ ਮਟਕੀ ਨੂੰ ਫੁੱਲ ਪੱਤੀ ਦੇ ਕੇ ਆ ਉੱਥੇ ਆਪਾਂ ਇਹਨੂੰ ਇਹਨੂੰ ਯਾਦ ਕਰ ਲਾਂਗੇ ਠੀਕ ਹੈ ਦੋਸਤੋ ਬਾਕੀ ਹਾਂ ਵੀ ਉਹਨੇ ਫੁੱਲ ਪੱਤੀ ਨਹੀਂ ਫੜੀ ਉਹਨੇ ਗੇਰਤਾ ਕਿ ਮੈਂ ਨਹੀਂ ਲੈਂਦੀ ਹੈਗੀ ਤਦੋਂ ਫੁੱਲ ਠੀਕ ਹੈ ਦੋਸਤੋ ਉੱਥੇ ਆਪਾਂ ਨੂੰ ਇਹ ਯਾਦ ਹੋ ਜੀ ਠੀਕ ਹੈ ਦੋਸਤੋ ਟ੍ਰਿਕਾਂ ਦੋਸਤੋ ਥੋੜੀਆਂ ਫਨੀ ਜ਼ਰੂਰ ਨੇ ਬਸ ਤੁਸੀਂ ਇੰਜੋਏ ਕਰੀ ਜਾਓ ਮੇਰਾ ਕੰਮ ਹੈਗਾ ਤੁਹ ਰੋਪਿੰਗਾਂ ਦੀ ਤੁਹਾਡੇ ਲਈ ਟ੍ਰਿਕਾਂ ਲੈ ਕੇ ਆਵਾਂਗੇ ਜੀ ਲੋ ਵੀ ਦੋਸਤੋ ਨੈਕਸਟ ਹੈਗਾ ਵੈਸਟ ਮਗਾਲ ਠੀਕ ਆ ਦੋਸਤੋ ਵੈਸਟ ਮਗਾਲ ਠੀਕ ਆ ਵੈਕਟ ਹੁਣ ਇਹਨੂੰ ਕਿਵੇਂ ਜਾਣ ਦੇਖੋ ਪਹਿਲਾਂ ਇਹਨੂੰ ਮੈਂ ਸਮਝਾ ਦਿੰਦਾ ਇਹ ਕਿੰਨੇ ਲੈਨੇ 1 2 3 4 5 6 7 ਦੋਸਤੋ 7 ਲੈ ਲਏ ਮਨੇ 7 ਲੈ ਲਏ ਠੀਕ ਆ 7 ਲੈ ਲਿਆ ਸਾਰਿਆਂ ਇੰਪੋਰਟੈਂਟ ਦੇਖੋ ਪਹਿਲਾ ਹੈਗਾ ਕਿ ਥਾਲੀ ਹੈ ਨਾ ਦਾਲੀ ਦਾਲੀ ਇਹਨੂੰ ਕੁਛ ਮਰਜ਼ੀ ਪਹਿਲਾਂ ਆਮ ਡਾਲੀਆ ਦੂਜਾ ਹੈਗਾ ਯਾਤਰਾ ਤੀਜਾ ਹੈਗਾ ਦੁਨਰਾਚੀ ਦੁਨਰਾਚੀ ਦੋਮਨੀ ਤੇ ਅਲ ਅਲਕਾਪ ਅਲਕਾਪ ਹੈਗਾ ਤੇ ਤੀਜਾ ਹੈਗਾ ਗੰਬੀਰਾ ਹਨਾ ਗੰਬੀਰਾ ਨੈਕਸਟ ਹੈਗਾ ਕੀਰਤਨ ਠੀਕ ਹੈ ਕੀਰਤਨ ਆ ਦੋਸਤੋ ਠੀਕ ਹੈ ਹੁਣ ਆਪਾਂ ਇਹਨੂੰ ਟ੍ਰਿਕਾਂ ਨਾਲ ਯਾਦ ਕਰਦੇ ਠੀਕ ਹੈ ਦੋਸਤੋ ਤੁਸੀਂ ਵੈਸਟ ਤੋਂ ਨਾ ਬਸ ਇੱਕ ਵਰਡ ਕੱਢ ਲਓ ਬਸ ਰੈਸਟ ਰੈਸਟ ਕੱਢ ਲਿਆ ਹੁਣ ਮੇਰੀ ਕਹਾਣੀ ਸੁਣ ਲਓ ਦੋਸਤੋ ਮੈਂ ਕੀ ਕਹਿਣਾ ਚਾਹੁੰਦਾ ਬਸ ਰੈਸਟ ਕੱਢ ਲਿਆ ਠੀਕ ਆ ਲੋ ਵੀ ਦੋਸਤੋ ਆਪਣਾ ਬੈਸਟ ਮਤਲਬ ਆਪਾਂ ਹਨ ਕੋਈ ਮਤਲਬ ਟੂਰ ਤੇ ਘੁੰਮਣ ਜਾ ਰਹੇ ਹਨ ਮਤਲਬ ਆਪਣੇ ਨੇ ਕਿ ਦਾਲੀ ਦਾਲੀ ਯਾਤਰਾ ਤੇ ਗਏ ਆਪਾਂ ਕੋਈ ਵੀ ਦਾਲੀ ਯਾਤਰਾ ਤੇ ਗਏ ਦਾਲੀ ਯਾਤਰਾ ਤੇ ਗਏ ਜਦੋਂ ਆਪਾਂ ਦਾਲੀ ਯਾਤਰਾ ਤੇ ਗਏ ਤੁੰਦ ਦੁਪਹਿਰੀ ਤੇ ਤੁੰਦ ਦੁਪਹਿਰੀ ਇੱਥੇ ਤੁੰਦ ਕੱਢ ਲਈ ਹਾਂ ਵੀ ਤੁੰਦ ਦੁਪਹਿਰੀ ਸੀਗਾ ਤੂੰ ਦੁਪਹਿਰੀ ਦੀ ਮੂਰੇ ਕੀ ਆ ਗਿਆ ਡੂਮਣਾ ਡੂਮਣਾ ਮੱਕੀ ਆ ਗਈ ਡੂਮਣੀ ਮੱਖੀ ਹੁੰਦੀ ਮਖਿਆ ਵਾਲੀ ਡੂਮਣੀ ਮੱਖੀ ਆ ਗਈ ਡੂਮਣੀ ਅੱਖਾਂ ਅੱਖਾਂ ਤੇ ਲੜ ਗਈ ਅੱਖਾਂ ਤੇ ਲੜ ਗਈ ਦੋਸਤੋ ਫਿਰ ਉਹਦੇ ਨਾਲ ਕੀ ਹੋਇਆ ਆਪਣੇ ਗੰਭੀਰ 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 6:00 ਵਜੇ ਗੰਭੀਰ 6:00 ਵਜੇ ਹਣਾ ਗੰਭੀਰ ਮਤਲਬ ਜਦੋਂ ਅੱਖਾਂ ਦੇ ਟਿੰਡ ਲੜ ਮਤਲਬ ਉਹ ਆਪਣੇ ਅੱਖਾਂ ਤੇ ਜਦੋਂ ਡੂਮਣਾ ਮਖਣ ਲੜ ਗਿਆ ਆਪਾਂ ਨੂੰ ਆਪਣੇ ਹਣਾ ਅੱਖਾਂ ਤੇ ਲੜ ਗਿਆ ਤੇ ਗੰਭੀਰ ਗੰਭੀਰ 6:00 ਵਜੇ ਠੀਕ ਆ ਗੰਭੀਰ 6:00 ਵਜੇ ਤੋਂ ਬਾਅਦ ਦੋਸਤੋ ਫਿਰ ਜਦੋਂ ਆਪਾਂ ਡਾਕਟਰ ਲਿਏ ਡਾਕਟਰ ਕਹਿੰਦਾ ਵੀ ਇਹਦਾ ਤਾਂ ਇਲਾਜ ਕਹਿੰਦਾ ਤੁਹਾਨੂੰ ਇੱਕ ਤਾਂ ਰੈਸਟ ਕਰਨੀ ਪੂਗੀ ਇੱਕ ਕੀਰਤਨ ਕਰਵਾ ਲਓ ਬਸ ਇੰਨਾ ਕੰਮ ਸੀ ਇਦਾਂ ਆ ਲਾ ਜੀ ਦੋਸਤੋ ਦੇਖੋ ਦੁਬਾਰਾ ਫਿਰ ਸਮਝਾਣਾ ਵੈਸਟ ਬੰਗਾਲ ਚੋਂ ਆਪਾਂ ਵੈਸਟ ਚੋਂ ਰੈਸਟ ਕੱਢ ਲਿਆ ਹੁਣ ਰੈਸਟ ਤੁਸੀਂ ਆਪਾਂ ਨੇ ਸਾਡੀਆਂ ਟ੍ਰਿਕਾਂ ਦੋਸਤੋ ਹਰੇਕ ਹਨਾ ਇਹ ਹਰੇਕ ਜਿੰਨੀਆਂ ਵੀ ਟ੍ਰਿਕਾਂ ਹੁੰਦੀਆਂ ਨੇ ਜਿੰਨੇ ਵੀ ਮਤਲਬ ਸਾਰੇ ਡਾਂਸ ਨੇ ਹਰੇਕਨ ਹਰੇਕ ਅੱਖਰ ਚੋਂ ਆਪਾਂ ਲੋਕ ਕੋਈ ਕੁਛ ਨਾ ਕੁਛ ਤਾਂ ਨਿਸ਼ਾਨ ਛੱਡ ਕੇ ਜਾਂਦਾ ਕਿ ਹਾਂ ਵੀ ਇਹਦੀ ਬੰਦਾ ਟ੍ਰਿਕ ਬਣਾ ਸਕੀ ਤੇ ਆਪਾਂ ਨੇ ਉਹੀ ਟ੍ਰਿਕ ਆਪਾਂ ਨੇ ਬਣਾ ਲੈਣੀ ਠੀਕ ਆ ਦੋਸਤੋ ਆਪਣਾ ਕੰਮ ਹੀ ਟ੍ਰਿਕਾਂ ਬਣਾਉਣਾ ਆਪਾਂ ਨੇ ਥੋੜੀ ਐਵੇਂ ਥੋੜੀਆਂ ਥੋੜੀਆਂ ਕਾਪੀਆਂ ਕਾਲੀਆਂ ਕਰਵਾ ਦੀ ਕਿ ਆਹ ਲੋ ਚੱਕੋ ਵੀਰੇ ਨੋਟਸ ਮ ਕਹਤਾ ਐ ਆ ਕਿ ਹਾਂ ਵੀ ਸਾਨੂੰ ਨਾਲ ਦੀ ਨਾਲ ਯਾਦ ਵੀ ਹੋਣ ਹਾਂ ਸਾਡੀ ਅਸੀਂ ਕਾਪੀਆਂ ਕਾਲੀਆਂ ਤਾਂ ਕਰਾਂਗੇ ਹਾਂ ਵੀ ਜੇ ਸਾਡੇ ਨਾਲ ਦੇ ਨਾਲ ਯਾਦ ਵੀ ਹੋਣ ਤੇ ਨਾਲ ਨਾਲ ਸਾਡੀਆਂ ਟ੍ਰਿਕਾਂ ਵੀ ਕਿ ਹਾਂ ਵੀ ਜਦੋਂ ਵੀ ਸਾਨੂੰ ਲੱਗਿਆ ਨਾ 1 ਮਿੰਟ ਜਾਂ 2 ਮਿੰਟਾਂ 'ਚ ਸਾਨੂੰ ਸਾਰੇ ਰਿਵਾਈਜ਼ ਹੋ ਜਾਣ ਇੱਕ ਵਾਰ ਜੀ ਠੀਕ ਆ ਦੋਸਤਾਂ ਇੰਦਵਾਰਾ ਫਿਰ ਸਮਝਾਣਾ ਦੋਸਤੋ ਬੈਸਟ ਮਕਾਨਣ ਬੈਸਟ ਤੋਂ ਆਪਾਂ ਨੇ ਅਰੈਸਟ ਕੱਢ ਲਿਆ ਹੁਣ ਆਪਣੀ ਸਾਰੀ ਕਹਾਣੀ ਸ਼ੁਰੂ ਕਰ ਲਓ ਹਾਂ ਵੀ ਡਾਲੀ ਅਸੀਂ ਅਸੀਂ ਡਾਲੀ ਯਾਤਰਾ ਤੇ ਗਏ ਠੀਕ ਆ ਮੂਰੀ ਗਈ ਦੀ ਮੂਰੇ ਤੋਂ ਦੁਪਹਿਰੀ ਦੇ ਹਨਾ ਤੁੰਦ ਚ ਕੀ ਹੋਇਆ ਹਨਾ ਹਨਾ ਉਹ ਡੋਮਨਾ ਟੁੰਮਣੀ ਡੋਮਣਾ ਡੋਮਨਾ ਮਖੇ ਹਾਲ ਆਇਆ ਹਨਾ ਉਹ ਕੀ ਉਹ ਕੀ ਸਾਡੇ ਅੱਖਾਂ ਹਲਕਾ ਆਪਾ ਹਨਾ ਅੱਖਾਂ ਕੀ ਅੱਖ 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 ਤੇ ਲੜ ਗਿਆ ਠੀਕ ਆ ਜਿਹਦੀ ਨਾਲ ਸਾਨੂੰ ਗੰਭੀਰ ਗੰਭੀਰ 6:00 ਵਜੇ ਤੇ ਜਦੋਂ ਅਸੀਂ ਡਾਕਟਰ ਲਵੇਗੇ ਡਾਕਟਰ ਕਹਿੰਦਾ ਵੀ ਇਹਨੂੰ ਤਾਂ ਅਰੈਸਟ ਦੀ ਲੋੜ ਆ ਤੇ ਜੇ ਇਹਦੇ ਲਈ ਜੇ ਇਹਨੂੰ ਠੀਕ ਕਰਾਉਣਾ ਤਾਂ ਚਲੋ ਅੱਗੇ ਚੱਲਦੇ ਦੋਸਤੋ ਪਤਾ ਕੀ ਹੈ ਇਹਦੀਆਂ ਟ੍ਰਿਕਾਂ ਨਾਲ ਆਪਾਂ ਐਂ ਬਣਾ ਸਕਦੇ ਆ ਆਪਾਂ ਕੱਲੇ-ਕੱਲੇ ਨਾਮ ਤੇ ਦੋਸਤੋ ਜੇ ਟ੍ਰਿਕਾਂ ਬਣਾਉਣ ਲੱਗ ਗਏ ਹੁਣ ਤੁਸੀਂ ਆਪ ਸੋਚ ਲਓ ਹੁਣ ਹਰੇਕ ਦੇ 7-7 ਟ੍ਰਿਕ ਇਸੇ ਦੇ 10 ਵੀ ਨੇ ਕਿਸੇ ਦੇ 12 ਜਿਵੇਂ ਆਸਾਨ ਦੇ ਆਸਾਮ ਤੇ ਮੈਂ 12 ਲੈ ਕੇ ਆਇਆ ਜੀ 12 100 ਠੀਕ ਹੈ ਦੋਸਤੋ ਦੇਖੋ ਹਾਂ ਮੈਂ ਤੁਹਾਨੂੰ ਹੁਣ ਤਿੰਨ-ਤਿੰਨ ਕਰਾ ਦਾਂ ਸਾਰਿਆਂ ਦੇ ਦੋਸਤੋ ਜੇ ਉੱਚੇ ਨਾਮ ਆਇਆ ਕੋਈ ਵੀ ਕਿਉਂਕਿ ਤਿੰਨ-ਤਿੰਨ ਹੈ ਨਾ ਮੈਨੂੰ ਪਤਾ ਹਰੇਕ ਤੁਸੀਂ ਕਿੱਥੇ ਮਰਜ਼ੀ ਦੇਖ ਲਿਓ ਹਰੇਕ ਨੇ ਨਾ ਤਿੰਨ-ਚਾਰ ਕੀ ਕਰਾਏ ਨੇ ਬਸ ਤਿੰਨ-ਚ ਟੱਕੇ ਲਿਆਉਂਦਾ ਜਿਵੇਂ ਡੂਮਣੀਆ ਡੂਮਣੀ ਹੋ ਗਿਆ ਨਾ ਅਲਕਾਪ ਹੋ ਗਿਆ ਇਹ ਜੇ ਪੁੱਛੂਗਾ ਉਹ ਜਿਵੇਂ ਹੁਣ ਉਹ ਬੀਹੂ ਜਿਹੜਾ ਆਸਾਮ ਦਾ ਬੀਹੂ ਤਿਕਾ ਉਹ ਇੰਨੇ ਵਾਰ ਪੁੱਛਿਆ ਗਿਆ ਦੋਸਤੋ ਉਹਨੇ ਇਹ ਜਿਆ ਕੁਝ ਪੁੱਛਣੇ ਹੀ ਛੱਡਤਾ ਕਿਉਂਕਿ ਇਹ ਤਾਂ ਸਾਰੀ ਲੋਕ ਯਾਦ ਕਰੀ ਬੈਠੇ ਨੇਗੇ ਹੁਣ ਤਾਂ ਉਹ ਦੂਜੇ ਸਾਰੇ ਯਾਦ ਕਰਦੇ ਜਿਹੜੇ ਆਪ ਨੂੰ ਮਤਲਬ ਜਿਹੜੇ ਆਪਾਂ ਪਹਿਲੀ ਵਾਰ ਦੇਖੇ ਹੁੰਦੇ ਠੀਕ ਹੈ ਦੋਸਤੋ ਇਸ ਲਈ ਤੁਸੀਂ ਜਿਹੜੇ ਮੈਂ ਲਿਖਾਉਣਾ ਨਾ ਤੁਸੀਂ ਉਹ ਸਾਰੇ ਇੰਪੋਰਟੈਂਟ ਨੇ ਠੀਕ ਹੈ ਸਾਰੇ ਦੇ ਨੋਟ ਕਰੋ ਤੇ ਇਹਦੀ ਟ੍ਰਿਕ ਦੋਸਤੋ ਆਪਾਂ ਕੱਲੇ-ਕੱਲੇ ਦੀ ਬਣਾ ਸਕਦੇ ਹੁਣ ਤੁਸੀਂ ਆਪ ਸੋਚ ਲਓ ਆਦਮੀ ਲਾ 10 12 10 12 ਸਟੇਟਾਂ ਨਹੀਂ ਲੈ ਕੇ ਆਇਆ ਮੈਂ ਹੁਣ 10 12 ਜੇ ਆਪਾਂ ਹਰੇਕ ਦੀ 7 7 ਵੀ ਲਾਈ ਹੈ ਨਾ ਹੁਣ 7 7 ਨੂੰ 10 ਦਾ ਗੁਣਾ ਕਰਾਂਗੇ ਦੋਸਤੋ ਆਪਣਾ ਆ ਗਿਆ 70 ਹੁਣ 70 70 ਦਾ ਸੌ ਯਾਦ ਕਰ ਲਾਂਗੇ ਆਪਾਂ ਦੋ ਤੋਂ ਪਰ 70 ਦੀ ਆਪਾਂ 70 ਦੀਆਂ ਮਤਲਬ ਲੱਗ ਲੱਗ ਟ੍ਰਿਕਾਂ ਨਹੀਂ ਬਣਾ ਸਕਦੇ ਦੋਸਤੋ ਆਪਾਂ ਇੱਕ ਸਟੇਟ ਦੀ ਹੈ ਨਾ ਇੱਕ ਸਟੇਟ ਨੂੰ ਆਪਾਂ ਸਾਰੀ ਯਾਦ ਕਰ ਸਕਦੇ ਆ ਕਿ ਆ ਬੈਸਟ ਤੋਂ ਆਪਣਾ ਰੈਸਟ ਕੱਟ ਰਿਹਾ ਹਾਂ ਵੀ ਰੈਸਟ ਤੋਂ ਆਪਣੀ ਸਾਰੀ ਕਹਾਣੀ ਸ਼ੁਰੂ ਕਰਤੀ ਹਾਂ ਆ ਵੀ ਦਾਲੀ ਯਾਤਰਾ ਤੇ ਕੇ ਢਾਲੀ ਯਾਤਰਾ ਤੇ ਮੂਰੇ ਬੂਰੇ ਕੀ ਧੁੰਦ ਪੈ ਜਿੰਗਬੀਰ ਤੋਂ ਬਾਅਦ ਸੀ ਡਾਕਟਰ ਲੱਭ ਕੇ ਡਾਕਟਰ ਕਹਿੰਦਾ ਇਹਨੂੰ ਰੈਸਟ ਦੀ ਲੋੜ ਆ ਜਾਂ ਇਹਨੂੰ ਕਹਿੰਦਾ ਕੀਰਤਨ ਕਰਾ ਲਓ ਬਸ ਇੰਨਾ ਕੰਮ ਦੀ ਠੀਕ ਹੈ ਦੋਸਤੋ ਜੇ ਵੀਡੀਓ ਦੋਸਤੋ ਪਸੰਦ ਆ ਰਹੀ ਆ ਨਾ ਬਸ ਤੁਸੀਂ ਇਹਨਾਂ ਲਾਈਕ ਜ਼ਰੂਰ ਕਰ ਦਿਓ ਮੈਨੂੰ ਬਸ ਲਾਈਕ ਤੁਹਾਡੇ ਲਾਈਕ ਤੇ ਜਿਹੜੇ ਆਪਣੇ ਨਵੇਂ ਜੁੜੇ ਨੇ ਉਹਨਾਂ ਨੂੰ ਮਤਲਬ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਲਿਓ ਠੀਕ ਹੈ ਤੇ ਵੀਡੀਓ ਜੇ ਤੁਹਾਨੂੰ ਪਸੰਦ ਲੱਗੀ ਦੋਸਤੋ ਬਸ ਮੈਂ ਤਾਂ ਹੱਥ ਜੋੜ ਕੇ ਹੀ ਬੇਨਤੀ ਕਰਦਾ ਦੋਸਤੋ ਆਪਣੀ ਵੀਡੀਓ ਨਾ ਉਹਨਾਂ ਤੱਕ ਰਪਛਾ ਦਿਓ ਜਿਨ੍ਹਾਂ ਨੂੰ ਕਿੰਨਾਂ ਨੂੰ ਕੁਝ ਵੀ ਯਾਦ ਹੁੰ ਲੋ ਵੀ ਦੋਸਤੋ ਨੈਕਸਟ ਦੇਖੋ ਨੈਕਸਟ ਹੈਗਾ ਆਪਣਾ ਦੂਸਰਾ ਆਂਧਰਾ ਪ੍ਰਦੇਸ਼ ਠੀਕ ਹੈ ਦੋਸਤੋ ਆਂਧਰਾ ਪ੍ਰਦੇਸ਼ ਦੋਸਤੋ ਇਹਦਾ ਕਿਹੜਾ ਕੁੱਚੀਪੂੜੀ ਹੈ ਕਹਣਾ ਇੱਕ ਅੱਗਟਾ ਟਪੇਟਾ ਟਪੇਟਾ ਗੁੱਲੂ ਹੈਨਾ ਟਪੇਟਾ ਟਪੇਟਾ ਗੁੱਲੂ ਤੇ ਤੀਜਾ ਹੈਗਾ ਵੀਰਾ ਵੀਰਾ ਨਾਟੇਮ ਵੀਰਾ ਨਾਟੇਮ ਇੱਕ ਆਂਧਰਾ ਨਾਟੇਮ ਇੱਕ ਇੱਕ ਕੋਲਾਟੇਮ ਹੈ ਇਹ ਦੂਜਾ ਅਗਲਾ ਹੈਗਾ ਵਿਲਾਸੀ ਵਿਲਾਸੀ ਨਾਟੇਮਾ ਠੀਕ ਆ ਅ ਨਾਟੇਮਾ 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 ਇਹ ਤਾਂ ਆਪਣੇ ਚਾਰੇ ਆਪਣੇ ਦੋਸਤੋ ਯਾਦ ਹੋਗੇ ਠੀਕ ਆ ਇਹਨੂੰ ਤਾਂ ਹਾਂ ਵੀ ਜਿਨ੍ਹਾਂ ਦੇ ਪਿੱਛੇ ਨਾਟੇਮ ਪੈਂਦਾ ਉਹ ਸਾਰੇ ਆਪਾਂ ਅੰਧਰਾ ਪ੍ਰਦੇਸ਼ ਤੋਂ ਕਰ ਲਾਂਗੇ ਠੀਕ ਆ ਦੋਸਤੋ ਆ ਰਹਿ ਕੇ ਕੁਚੀਪੁਡੀ ਹੈ ਨਾ ਕੁਚੀ ਹਾਂ ਵੀ ਕੁਚੀਪੁਡੀ ਦੋਸਤੋ ਹੁਣ ਅੰਦਾ ਅੰਦਾ ਵਿਅਕਤੀ ਹੈ ਨਾ ਅੰਦਾ ਵਿਅਕਤੀ ਉਹਦੇ ਉਹਦੇ ਅੱਖਾਂ ਕਿ ਪੇ ਜਿਆਦਾ ਉਹਨਾਂ ਦੇ ਤਾਪ ਉਹਨੂੰ ਤਾਪ ਤੂਬ ਦਾ ਵੀ ਨਹੀਂ ਪਤਾ ਲੱਗਦਾ ਮੈਸੂਤ ਤਾਂ ਆਪਾਂ ਨਾ ਤਾਪ ਜੇ ਦੋ ਅੱਖਾਂ 'ਚ ਉਹਨਾਂ ਦੇ ਤਾਪ ਤੂਪ ਪੈ ਜਾਂਦਾ ਜੇ ਧੁੱਪ ਧੱ ਬਿਚਾਰੇ ਨੂੰ ਦੇਖਦਾ ਉਹ ਕਹਿੰਨਗੇ ਕਿ ਸਾਨੂੰ ਉਹਨਾਂ ਨੂੰ ਕਿਹੜਾ ਕੱਚੀ ਮਤਲਬ ਕੱਚੀ ਕੱਚੀ ਪੂੜੀ ਉਹਨਾਂ ਨੂੰ ਕਿਹੜਾ ਦਿਖੂਗਾ ਨਾ ਦੋਸਤੋ ਉੱਥੇ ਆਪਾਂ ਨੂੰ ਇਹ ਤਾਂ ਕਿ ਉਹਨਾਂ ਨੂੰ ਜੇ ਕੱਚੀ ਪੂੜੀ ਵੀ ਦੇ ਦੇਈਏ ਉਹ ਵੀ ਖਾ ਲੈਣਗੇ ਵਿਚਾਰੇ ਹਨਾ ਠੀਕ ਹੈ ਤੇ ਤਾਂ ਆਪਾਂ ਨਾ ਜਿ ਉਹਨਾਂ ਦੀ ਅੱਖਾਂ 'ਚ ਤਾਂ ਆਪ ਜਿਵੇਂ ਧੁੱਪਣਾ ਧੁੱਪ ਤਾਪ ਦਾ ਵੀ ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿਉਂਕਿ ਵਿਚਾਰੇ ਅੰਦੇ ਨੇ ਠੀਕ ਹੈ ਦੋਸਤੋ ਉੱਥੇ ਆਪਾਂ ਨੂੰ ਸਾਧ ਤੇ ਆ ਨਾਟੇ ਮਨਾਟੇ ਵਾਲੇ ਆਪਾਂ ਨੂੰ ਸਾਰੀ ਯਾਦ ਹੋ ਜਾ ਠੀਕ ਹੈ ਦੋਸਤੋ ਚਲੋ ਨੈਕਸਟ ਚੱਲਦੇ ਆ ਦੋਸਤੋ ਆਪਾਂ ਲੋ ਵੀ ਦੋਸਤੋ ਨੈਕਸਟ ਆਪਾਂ 36 ਗੱੜਦੇ ਦੇਖ ਲੈਣਾ 36 ਗੱੜ ਠੀਕ ਹੈ ਦੋਸਤੋ 36 ਗੱੜ ਠੀਕ ਹੈ ਦੋਸਤੋ ਇਹਦਾ ਕਿ ਇੱਕ ਇੱਕ ਇਕਤਾ ਹੈਗਾ ਗੌਰਮਾਰੀ ਹੈ ਨਾ ਗੌਰਮਾਰੀ ਹੈ ਨਾ ਠੀਕ ਹੈ ਦੋਸਤੋ ਇੱਕ ਤਾਂ ਗੌਰਮਾਰੀਆ ਤੇ ਦੂਜਾ ਹੈਗਾ ਰੌਟਣਾ ਚਾਹਣਾ ਰੌਟਣਾ ਇਕਾ ਇਕਾ ਪੰਥੀ ਹੈ ਨਾ ਪੰਥੀ ਪਾਂ ਪੰਥੀ ਇਹਨੂੰ ਮੈਸਮ ਦੇਸ ਯਾਦ ਕਰੋ ਇੱਕ ਸਾਈ ਲੈਲਾ ਠੀਕ ਆ ਸਾਈ ਲੈਲਾ ਠੀਕ ਆ ਇਹਨੂੰ ਆਪਾਂ ਟ੍ਰਿਕ ਨਾਲ ਦੇਖੋ ਦੋਸਤੋ 36 ਤੋਂ ਆਪਾਂ ਕੀ ਕਹਿੰਦੇ ਨੇ ਛੱਤ ਹੈ ਨਾ ਛੱਤ ਛੱਤ ਕਿਹੜੀ ਹੁੰਦੀ ਹੈ ਆਪਣੇ ਦੋਸਤੋ ਛੱਤ ਕੋਠੇ ਵਾਲੀ ਛੱਤ ਹੁੰਦੀ ਹੈ ਨਾ ਹਾਂ ਵੀ ਛੋਟੇ ਕੋਠੇ ਵਾਲੀ ਛੱਤ ਤੇ ਜਦੋਂ ਆਪਾਂ ਆਪਾਂ ਕਦੀ ਵੀ ਕਈ ਵਾਰ ਮੀਂਹ ਆ ਪੈ ਜਾਂਦਾ ਨਾ ਆਪਣੇ ਮੀਂਹ ਪੈ ਜਾਂਦਾ ਦੋਸਤੋ ਮੀਂਹ ਪੈਣ ਨਾਲ ਕੀ ਹੁੰਦਾ ਆਪਾਂ ਕਹਿੰਦੇ ਨੇ ਉਹ ਗੋਰ ਮਾਰੀਆਂ ਗੋਰ ਗੋਰ ਮਾਰੀਆਂ ਗੋਰ ਮਾਰੀ ਗੋਰ ਮਾਰੀ ਕੋਠੇ ਤੇ ਜਾ ਕੇ ਰਾਤ 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 ਕੀ ਰਾਤ ਹਨ ਰਾਤ ਹਲੋ ਗੌਰਮਾਰੀ ਰਾਤ ਇਥੇ ਰੌਟਰ ਤਾਂ ਆਪਾਂ ਰਾਤ ਰਾਤ ਕੱਢ ਲਿਆ ਹਾਂ ਬੇ ਰਾਤ ਰਾਤ ਕੀ ਹੋਵੇ ਰਾਤ ਮੀਂਹ ਮੀਂਹ ਪੈ ਤੀਗਾ ਦੇਖੀ ਯਾਰ ਆਪਣੀ ਪੰਤ ਪੰਤੀ ਪਾਥੀ ਨਹੀਂ ਹੁੰਦੇ ਦੋਸਤ ਪਾਥੀਆਂ ਪਾਥੀਆਂ ਦੇਖੀਓ ਗੌਰਮਾਰੀਆਂ ਆਪਣੀ ਪਾਥੀਆਂ ਤਾਂ ਨਹੀਂ ਭਿੱਜੀਆਂ પાથિયા દેને ਭਿੱਜ ਗਿਆ પાથિયા ਹਨ ਜਿਹੜੀਆਂ ਆਪਾਂ ਮਤਲਬ ਅੱਗ ਉਗਬਾਲਦੇ ਹੁੰਦੇ ਨੇ ਜਿੰਨਾ ਆਪਾਂ ਕੀ પાਥੇ ਦੇ ਨੇ ਭੇਜਦੀਆਂ ਭੇਜ ਗਿਆ ਆਪਾਂ ਉੱਥਾ ਪੈ ਨੂੰ ਯਾਦ ਕਰਨਾ ਕਿ ਛੱਤ ਤੇ ਚਾਈਂ ਰਾਤ ਮੀਂਹ ਪਿਆਦੀ ਰਾਤ ਰਾਤ ਜਾਂ ਗੌਰਮਾਰ ਗਿਆ ਵੀਰੇ ਰਾਤ ਮੀਂਹ ਪਿਆਦੀ ਨੇ ਰਾਤ ਮੀਂਹ ਪਿਆਦੀ ਗੌਰਮਾਰ ਗਿਆ ਕਿ ਆਪਣੇ પાਥੇ પાਥੇ ਤਾਂ ਭਿੱਜ ਗਿਆ ਠੀਕ ਆ ਦੋਸਤੋ ਉੱਥਾਂ ਸਾਈਲਾ ਸਾਈਲਾ ਨੂੰ ਆਪਾਂ ਥੈਲਾ 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 ਸਮਝ ਲੈਣੇ ਕਿ ਥੈਲੀ ਥੈਲੀ ਜੇ પાਥੀਆਂ ਪਈਆਂ ਸੀ ਜਾਂ ਰਾਤ ਨੂੰ ਮਤਲਬ ਛੱਤ ਤੇ ਮੀਂਹ ਪਿਆਦੀਗਾ ਜਾਂ ਗੌਰਮਾਰ ਗਿਆ ਰਾਤ ਰਾਤ ਮੀਂਹ ਪਿਆਦੀਗਾ પાਥੇ ਤਾਂ ਨਹੀਂ ਭਿੱਜ ਗਏ ਥੈਲੇ ਲੀਆਂ ਬਸ ਐ ਮੇਰੇ ਵਾਈ ਕਰਨਾ ਦੋਸਤੋ ਦੇਖੋ 36 ਤੋਂ ਆਪਣੀ ਛੱਤ ਕੱਢ ਲੈਣੇ ਛੱਤ ਹਾਂ ਵੀ ਹੁਣ ਛੱਤ ਤੇ ਸਾਨੂੰ ਪਤਾ ਮੀਂਹ ਪੈਂਦਾ ਆਪਣੀ ਛੱਤ 'ਤੇ ਆਉਂਦਾ ਆਪਣਾ ਮੀਂਹ ਯਾਦ ਕਰਨਾ ਕਿ ਮੀਂਹ ਪਾਉਣਾ ਬਸ ਰਾਤ ਆਪਣੀ ਕਹਿੰਦੇ ਯਾਦ ਕੀ ਕਰਨਾ ਰਾਤ ਮੀਂਹ ਆ ਗਾਣਾ ਰਾਤ ਮੀਂਹ ਆ ਗਾ ਉਹ ਇਹ ਜਾ ਗੌਰ ਮਾਰ ਯਾਰ ਗੌਰ ਮਾਰ ਕੁੱਠ ਦੀ ਜਾ ਕੇ ਗੌਰ ਆਪਾਂ ਉਹ ਵੀ ਗੌਰ ਮਾਰਦੀ ਹਾਂ ਨਾ ਕਿ ਹਾਂ ਵੀ ਆਪਣੇ ਕੱਪੜੇ-ਕੂਪੜੇ ਸੁੱਕਣੇ ਪਏ ਹੁੰਦੇ ਜਾਂ ਗੌਰ ਮਾਰ ਕੇ ਆਜੋ ਕਿ ਛੱਤ 'ਤੇ ਕੱਪੜੇ-ਕੂਪੜੇ ਲਾ ਲਿਆ ਆਪਣੇ ਕਿਹਾ ਕਈ ਵਾਰ ਹੁਣ ਜਿਹੜੇ ਹੁਣ ਪਿੰਡ ਵਾਲੇ ਨੇ ਮਤਲਬ ਜਿਨ੍ਹਾਂ ਦੇ ਪਾਥੀਆਂ ਆਉਂਦੇ ਨੇ ਨ ਮੰਮੀ ਕਹਿੰਦੇ ਜਦੋਂ ਕੁੱਟ ਤੇ ਜਾ ਕੇ ਐ ਗੌਰ ਮਾਰ ਕੇ ਜਿਹੜੇ ਆਪਣੀਆਂ ਜਿਹੜੇ ਮਤਲਬ ਜਿਹੜੀਆਂ ਪਾਥੀਆਂ ਪਈ ਤੇ ਉਹਦਾਂ ਨ ਭਿੱਜੇਗਾ ਗੌਰ ਮਾਰ ਕੇ ਜਿਹੜੇ ਪਾਥੀਆਂ ਤੇ ਭਿੱਜੇਗਾ ਰਾਤ ਮੀਂਹ ਆਏ ਤੇ ਠੀਕ ਆ ਸਾਈਡਾ ਸਾਈਡਾ ਦੋਸਤੋ ਇਹਨਾਂ ਨੂੰ ਆਪਾਂ ਐਵੇਂ ਯਾਦ ਕਰ ਲਾਂਗੇ ਠੀਕ ਆ ਦੋਸਤੋ ਹੁਣ ਮੈਂ ਤੁਹਾਨੂੰ ਦੇਖੋ ਕਿੰਨੇ ਕਰਵਾਤੇ ਹਨਾ ਠੀਕ ਆ ਜੀ 70 ਤੋਂ 70 ਪਲੱਸ ਕਰਾਤੇ ਦੋਸਤੋ ਅੱਜ ਮੈਂ ਤੁਹਾਨੂੰ ਮਤਲਬ 11 ਮਿਲਦਾ 11 ਸਟੇਟਾਂ ਤੇ ਕਰਾਤੇ ਠੀਕ ਆ ਦੋਸਤੋ ਜਿਹੜੀਆਂ ਆਪਾਂ ਹੁਣ ਮਿਲਦਾ ਕਿੰਨੇ ਮਤਲਬ ਆਪਣੇ ਜਿਹੜੀਆਂ ਬੱਚੇ ਨੇ 8-9 ਸਟੇਟਾਂ ਬਤੀਆਂ ਨੇ ਦੋ ਆਹ ਤਾਂ ਇਹ ਗੀ ਕੋ ਵੀਡੀਓ ਜੁ ਕਰਾ ਦੇ ਤੁਹਾਡੇ ਯਾਦ ਨਾਲ ਨੇ ਦੋਸਤੋ ਤੁਸੀਂ ਇੱਕ ਵਾਰੀ ਇਹਨਾਂ ਦੀ ਰਿਵੀਜ਼ਨ ਲੈ ਲਿਓ ਠੀਕ ਆ ਦੋਸਤੋ ਕੱਲ ਨੂੰ ਆਪਾਂ ਕੱਲ ਨੂੰ ਮੈਂ ਜਿਹੜਾ ਸਵੇਰੀ ਸਾਧਰੇ ਮਤਲਬ ਆਪਾਂ 10 11 ਵਜੇ ਮੈਂ ਤੇ థਰਡ ਪਾਰਟ ਮਤਲਬ ਬਣਾ ਕੇ ਤੇ ਦੇ ਦੂਗਾ ਤੁਹਾਨੂੰ ਠੀਕ ਆ ਦੋਸਤੋ ਤੇ ਦੋਸਤੋ ਦੇਖੋ ਆਪਾਂ ਨੇ ਤੁਸੀਂ ਇੱਕ ਕੰਮ ਕਰਕੇ ਜਾਓ ਦੋਸਤੋ ਬਸ ਜੇ ਮੇਰੀਆਂ ਟ੍ਰਿਕਾਂ ਸਮਝ ਆਣ ਨੇ ਦੋਸਤੋ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਠੀਕ ਆ ਦੋਸਤੋ ਬਸ ਇੰਨਾ ਕੁ ਪਿਆਰ ਬਣਾ ਕੇ ਰੱਖੋ ਦੋਸਤੋ ਤੇ ਜਿਹੜੇ ਨਵੇਂ ਜੁੜਨੇ ਨੇ ਆਪਣੇ ਚੈਨਲ ਨਾਲ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਦੋ ਅੱਗੇ ਤੁਸੀਂ ਜਿਹੜੇ ਵੀ ਟੌਪਿਕ ਕਹੋਗੇ ਨਾ ਮੈਂ ਹਰੇਕ ਦੀਆਂ ਟ੍ਰਿਕਾਂ ਲੈ ਕੇ ਆਉਂ ਤੁਹਾਨੂੰ ਠੀਕ ਹੈ ਦੋਸਤੋ ਬਸ ਤੁਸੀਂ ਇੰਨਾ ਕੁ ਪਿਆਰ ਬਣਾ ਕੇ ਰੱਖੋ ਦੋਸਤੋ ਚਲੋ ਠੀਕ ਆ ਦੋਸਤੋ ਨੈਕਸਟ ਵੀਡੀਓ ਤੱਕ ਮਿਲਦੇ ਹਾਂ ਠੀਕ ਹੈ ਦੋਸਤੋ ਜੀ ਠੀਕ ਆ ਜੀ ਓਕੇ ਜੀ ਓਕੇ ਓਕੇ